ਲਓ ਜੀ, ਅੱਜ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੋਲਣ ਦੇ ਉੱਤੇ ਧੋਣ ਵਾਲਾ ਅਧਿਕਾਰ, ਯਾਨੀ ਕਿ ਬਿਡੇਟ ਜਾਂ ਇਹ ਵਾਟਰ ਸਪਰੇਅ ਵੀ ਇਹਨੂੰ ਕਹਿ ਦਿੰਦੇ ਆ, ਇਹ ਕਿੱਦਾਂ ਲਾ ਸਕਦੇ ਹਾਂ। ਵਾਟਰ ਜੈੱਟ ਵੀ ਕਈ ਕਹਿ ਦਿੰਦੇ ਆ। ਅਤੇ ਤੁਹਾਡੇ ਕੋਲ ਸਿੱਧੇ ਮੂੰਹ ਵਾਲਾ ਇੱਕ ਪੇਚਕਸ ਚਾਹੀਦਾ, ਇੱਕ ਪੁੱਠੇ ਮੂੰਹ ਵਾਲਾ ਰੈਂਚ ਚਾਹੀਦਾ, ਇੱਦਾਂ ਦਾ। ਦੋ ਚੀਜ਼ਾਂ ਨਾਲ ਹੀ ਆ ਰਹੀਆਂ, ਪਲਾਸਟਿਕ ਦੀ ਜਗ੍ਹਾ ਲੋਹੇ ਦਾ ਟੀ ਆਏਗਾ ਨਵੀਂ 'ਚ, ਅਤੇ ਇੱਕ ਨਾਲ ਲੋਹੇ ਦੀ ਪਾਈਪ ਆਏਗੀ ਜਿਹੜੀ ਕਿ ਰੈਡੀ ਟੂ ਗੋ ਆ। ਆਹ ਜਿਹੜੀਆਂ ਪਾਈਪਾਂ ਵਾ, ਇਹਨਾਂ ਦੀ ਜ਼ਰੂਰਤ ਨਹੀਂ ਪਲਾਸਟਿਕ ਦੀਆਂ, ਇਹ ਚਾਈਨਾ ਵਾਲੀਆਂ ਹੁੰਦੀਆਂ, ਆਪਾਂ ਕੈਰੀ ਨਹੀਂ ਕਰਦੇ। ਉਹ ਸਭ ਤੋਂ ਪਹਿਲਾਂ ਆਪਣਾ ਪਾਣੀ ਬੰਦ ਕਰ ਲਓ, ਉੱਥੇ ਵਾਸ਼ਰੂਮ 'ਚ ਹੀ ਲੱਗਾ ਹੁੰਦਾ ਬਟਨ, ਐਂਡ ਟੈਂਕ ਨੂੰ ਫਲੱਸ਼ ਕਰ ਲਓ ਪਾਣੀ ਦੇ ਨੂੰ, ਇੱਕ ਜਾਂ ਦੋ ਵਾਰ ਕਰ ਲਓ। ਉਸ ਤੋਂ ਬਾਅਦ ਆਪਣਾ ਢੱਕਣ ਖੋਲ੍ਹ ਲਓ, ਢੱਕਣ ਖੋਲ੍ਹਣ ਤੋਂ ਬਾਅਦ ਆਪਣਾ ਮਸ਼ੀਨ ਨੂੰ ਉੱਥੇ ਰੱਖ ਦਿਉ ਜਿੱਥੇ ਕਿ ਉਹਦੀ ਐਡਜਸਟਮੈਂਟ ਸਹੀ ਆ, ਆਪਣੇ ਹਿਸਾਬ ਨਾਲ ਐਡਜਸਟਮੈਂਟ ਕਰ ਲਓ। ਉਸ ਤੋਂ ਬਾਅਦ ਢੱਕਣ ਨੂੰ ਵਾਪਸ ਲਗਾਓ, ਐਂਡ ਉਹੀ ਸਕਰੂ ਜਿਹੜੇ ਦੋ ਲਾਏ ਸੀ ਉਹ ਦੁਬਾਰਾ ਇਹਦੇ ਵਿੱਚ ਲਾ ਦੇਣੇ ਆ। ਉਸ ਤੋਂ ਬਾਅਦ ਟੈਂਕ ਦੇ ਥੱਲਿਓਂ ਆਹ ਪਾਈਪ ਖੋਲ੍ਹੋ, ਅਤੇ ਜਿਹੜਾ ਟੀ ਨਾਲ ਆਇਆ ਲੋਹੇ ਦਾ ਉਹ ਵਿੱਚ ਲਾ ਦਿਓ। ਇਹਦੇ ਵਿੱਚ ਇੱਕ ਰਬੜ ਪੈਣੀ ਆ, ਐਂਡ ਰਬੜ ਇਹਦੇ ਨਾਲ ਹੀ ਹੋਊਗੀ ਪੈਕੇਜ ਦੇ। ਅਤੇ ਉਸ ਤੋਂ ਬਾਅਦ ਟੀ ਨੂੰ ਵਾਪਸ ਲਗਾ ਦਿਓ। ਰਬੜ ਦਾ ਮੂੰਹ ਜਿਹੜਾ ਮੇਕ ਸ਼ੋਰ ਤਾਂ ਨੂੰ ਤਿੱਖੇ ਰੁੱਖ ਹੋਣਾ ਚਾਹੀਦਾ ਤਾਂ ਨੂੰ, ਅਤੇ ਪਾਈਪ ਦੁਬਾਰਾ ਉਹੀ ਵਾਪਸ ਲਾ ਦਿਉ, ਅਤੇ ਜਿਹੜੀ ਨਾਲ ਪਾਈਪ ਆਈ ਉਹ ਇੱਥੇ ਲਾ ਦਿਉ, ਅਤੇ ਉਸ ਤੋਂ ਬਾਅਦ ਮਸ਼ੀਨ ਦੇ ਨਾਲ ਦੁਬਾਰਾ ਉਹ ਪਾਈਪ ਲਾ ਦਿਉ ਦੂਜਾ ਹਿੱਸਾ। ਲਓ ਜੀ, ਹੁਣ ਤੁਹਾਡਾ ਸਾਰਾ ਕੁਛ ਸੈੱਟ ਆ, ਪਾਣੀ ਖੋਲ੍ਹ ਲਓ। ਲਓ ਜੀ, ਇੰਸਟਾਲ ਹੋ ਗਈ ਆ, ਹੁਣ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ। ਥੈਂਕ ਯੂ ਫੋਰ ਵਾਚਿੰਗ, ਹੈਵ ਅ ਗੁੱਡ ਡੇ।